जिहड़ा कंप्रेसर है उहनू लीक होण दे नाल जिहड़ी अग लग गई है उहदे विच लगभग चार जीआं दी जिहड़ी मौत हो चुकी है ते जो मैनूं उहनां दस्सिया ते बाकी परिवार दे उत्ते अज इह तों वड्डी तशद्दुद किहड़ी हो सकदी है। अज मैं कह सकदा वी रब ने वी इह कहर ही कीता, रब ने कहर कीता अज वी परिवार जिहड़ा हसदा खेडदा परिवार है अज उह उजड़ गया। परमात्मा ने की उहदे भाणे नूं मंजूर है पर उहदे भाणे नूं मिठा करके मनना पऊगा। पर मैं हुण सच्चे पातशाह दे चरणां दी अरदास करदा कि जो जी मैं सुणिया जिहड़े झुलस गए जिहड़े नूं होस्पिटल दे विच वी लागे छागे लैके गए आ उहनां नूं परमात्मा जिहड़ी लगभग मेरे कहिंदे मैनूं इह नहीं पता मैं वी तुहाडे अगे गया, मैनूं चार जी दस्सिया हुणी तुहाडे मीडिया वाले वीर दसदे आ वी उह पंज जी जिहड़े आ उहनां दी मौके ते जिहड़ी डैथ हो गई है। ਬਾਹਰੋਂ ਅੰਦਰ ਗਿਆ ਸਾਰਿਆਂ ਨੇ ਦੇਖਿਆ, ਹੁਣ ਪਤਾ ਲੱਗ ਰਿਹਾ ਕਿ ਕਾਫੀ ਡੈਥ ਹੋ ਗਈ ਹੈ, ਬੜਾ ਅਫਸੋਸ। ਕਿੰਨੀਆਂ ਕੈਜੁਅਲਟੀਆਂ ਹੋਈਆਂ? ਪੰਜ ਹੋ ਚੁੱਕੇ ਹਨ, ਬਹੁਤ ਅਫਸੋਸ ਹੋਇਆ। ਇਹ ਕੀ ਸੀ ਬੀਜੇਪੀ ਜੋ ਉਹਦਾ ਕੀ ਸੀ? ਪਾਰਟੀ ਦੇ ਪੁਰਾਣੇ ਵਰਕਰ ਨੇ ਸਾਡੇ ਵੱਖ ਵੱਖ ਜ਼ਿਮੇ ਦਾ ਵਾਰੀ ਤੇ ਰਹੇ ਨੇ ਔਰ ਸਾਡੇ ਨਾਲ ਬਹੁਤ ਜੁੜੇ ਨੇ ਪਾਰਟੀ ਨਾਲ ਔਰ ਬਹੁਤ ਕੰਮ ਹੋ ਰਿਹਾ। ਜਿਹੜਾ ਕੰਪਰੈਸਰ ਹੈ ਉਹਨੂੰ ਲੀਕ ਹੋਣ ਦੇ ਨਾਲ ਜਿਹੜੀ ਅੱਗ ਲੱਗ ਗਈ ਹੈ ਉਹਦੇ ਵਿੱਚ ਲਗਭਗ ਚਾਰ ਜੀਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਅਤੇ ਜੋ ਮੈਨੂੰ ਉਹਨਾਂ ਦੱਸਿਆ ਅਤੇ ਬਾਕੀ ਪਰਿਵਾਰ ਦੇ ਉੱਤੇ ਅੱਜ ਇਹ ਤੋਂ ਵੱਡੀ ਤਸ਼ੱਦਦ ਕਿਹੜੀ ਹੋ ਸਕਦੀ ਹੈ। ਅੱਜ ਮੈਂ ਕਹਿ ਸਕਦਾ ਵੀ ਰੱਬ ਨੇ ਵੀ ਇਹ ਕਹਿਰ ਹੀ ਕੀਤਾ, ਰੱਬ ਨੇ ਕਹਿਰ ਕੀਤਾ ਅੱਜ ਵੀ ਪਰਿਵਾਰ ਜਿਹੜਾ ਹੱਸਦਾ ਖੇਡਦਾ ਪਰਿਵਾਰ ਹੈ ਅੱਜ ਉਹ ਉਜੜ ਗਿਆ। ਪਰਮਾਤਮਾ ਨੇ ਕੀ ਉਹਦੇ ਭਾਣੇ ਨੂੰ ਮਨਜ਼ੂਰ ਹੈ ਪਰ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪਊਗਾ। ਪਰ ਮੈਂ ਹੁਣ ਸੱਚੇ ਪਾਤਸ਼ਾਹ ਦੇ ਚਰਨਾਂ ਅਰਦਾਸ ਕਰਦਾ ਵੀ ਜੋ ਜੀ ਮੈਂ ਸੁਣਿਆ ਜਿਹੜੇ ਝੁਲਸ ਗਏ ਜਿਹੜੇ ਨੂੰ ਹੋਸਪਿਟਲ ਦੇ ਵਿੱਚ ਵੀ ਲਾਗੇ ਛਾਗੇ ਲੈ ਕੇ ਗਏ ਆ ਉਹਨਾਂ ਨੂੰ ਪਰਮਾਤਮਾ ਜਿਹੜੀ ਲਗਭਗ ਮੇਰੇ ਕਹਿੰਦੇ ਮੈਨੂੰ ਇਹ ਨਹੀਂ ਪਤਾ ਮੈਂ ਵੀ ਤੁਹਾਡੇ ਅੱਗੇ ਗਿਆ, ਮੈਨੂੰ ਚਾਰ ਜੀ ਦੱਸਿਆ ਹੁਣੀ ਤੁਹਾਡੇ ਮੀਡੀਆ ਵਾਲੇ ਵੀਰ ਦੱਸਦੇ ਆ ਵੀ ਉਹ ਪੰਜ ਜੀ ਜਿਹੜੇ ਆ ਉਹਨਾਂ ਦੀ ਮੌਕੇ ਤੇ ਜਿਹੜੀ ਡੈਥ ਹੋ ਗਈ ਹੈ। ਗੇਟ ਬੰਦ ਹੈ ਜੀ, ਅਸੀਂ ਅੰਦਰ ਨਹੀਂ ਗਏ, ਉਹ ਕਹਿ ਗਏ ਕਿ ਅੰਦਰ ਫ੍ਰਿਜ ਪਈ ਸੀ, ਫ੍ਰਿਜ ਦਾ ਸੈਂਟਰ ਫਟਿਆ ਜੀ, ਜੀ ਫ੍ਰਿਜ ਦਾ ਜਿਹੜਾ ਸੈਂਟਰ ਹੁੰਦਾ ਉਹਦੀ ਗੈਸ ਕਾਲੀ ਪੈਂਦੀ, ਕਹਿੰਦੇ ਅੰਦਰ ਨਾ ਜਾਓ, ਸਾਨੂੰ ਕਹਿ ਗਏ ਆ ਬਾਕੀ ਸਾਨੂੰ ਇਹ ਪਹੁੰਚੇ ਇਨਫੋਰਮੇਸ਼ਨ ਲੈ ਰਹੇ ਹਾਂ। ਜਿਹੜਾ ਕੰਪਰੈਸਰ ਹੈ ਉਹਨੂੰ ਲੀਕ ਹੋਣ ਦੇ ਨਾਲ ਜਿਹੜੀ ਅੱਗ ਲੱਗ ਗਈ ਹੈ ਉਹਦੇ ਵਿੱਚ ਲਗਭਗ ਚਾਰ ਜੀਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਅਤੇ ਜੋ ਮੈਨੂੰ ਉਹਨਾਂ ਦੱਸਿਆ ਅਤੇ ਬਾਕੀ ਪਰਿਵਾਰ ਦੇ ਉੱਤੇ ਅੱਜ ਇਹ ਤੋਂ ਵੱਡੀ ਤਸ਼ੱਦਦ ਕਿਹੜੀ ਹੋ ਸਕਦੀ ਹੈ। ਅੱਜ ਮੈਂ ਕਹਿ ਸਕਦਾ ਵੀ ਰੱਬ ਨੇ ਵੀ ਇਹ ਕਹਿਰ ਹੀ ਕੀਤਾ, ਰੱਬ ਨੇ ਕਹਿਰ ਕੀਤਾ ਅੱਜ ਵੀ ਪਰਿਵਾਰ ਜਿਹੜਾ ਹੱਸਦਾ ਖੇਡਦਾ ਪਰਿਵਾਰ ਹੈ ਅੱਜ ਉਹ ਉਜੜ ਗਿਆ।